मेलबर्न च बुशफायर घरां दे नेड़े पहुंची, लोकां लई चेतावनी कीती गई है जारी। ऑस्ट्रेलिया विखे मेलबर्न च बुशफायर दी एमरजेंसी स्थिति धुएं दे गुबार विच वाधा कर रही है, जिस नाल शहरी वासियां दा दम घुट रहा है। स्थानक लोकां नूं अंदर रहण अते खिड़कियां बंद रखण दी चेतावनी दित्ती जा रही है। अग दीआं लपटां शहर दे दक्कण पछम विच अल्टोना विच घरां दे नेड़े पहुंच गईआं ने। परनेल स्ट्रीट नेड़े स्वैंपलैंड दे मैदान विच अग काबू तों बाहर है। धुआं रेल लाइनां वल नूं वध रहा है, जिस कारण बसां सेवावां निभा रहीआं ने। ਇਹ ਅੱਗ ਸ਼ਾਮ ਵੇਲੇ ਲੱਗੀ ਜਦੋਂ ਹੈਲੀਕਾਪਟਰ ਪਾਣੀ ਛੱਡ ਰਹੇ ਸਨ। ਈਸਟਰ ਐਤਵਾਰ ਨੂੰ ਸ਼ਹਿਰ ਧੂਏ ਨਾਲ ਟਕਿਆ ਹੋਇਆ ਸੀ। ਕੁਝ ਥਾਵਾਂ ਤੇ ਹਵਾ ਦੀ ਗੁਣਵੱਤਾ ਨੂੰ ਮਾੜੀ ਸ਼੍ਰੇਣੀਬੱਧ ਕੀਤਾ ਗਿਆ ਹੈ। ਪਰਥ ਵਿੱਚ ਘਰਾਂ ਨੂੰ ਖਤਰਾ ਪੈਦਾ ਕਰਨ ਵਾਲੀ ਅੱਗ ਨੂੰ ਘਟਾ ਦਿੱਤਾ ਗਿਆ ਹੈ। ਸ਼ਹਿਰ ਦੇ ਦੱਖਣ ਪੱਛਮ ਵਿੱਚ ਓਕਫੋਰਡ ਦੇ ਕੁਝ ਹਿੱਸਿਆਂ ਲਈ ਐਤਵਾਰ ਨੂੰ ਇੱਕ ਵਾਚ ਅਤੇ ਐਕਟ ਅਲਰਟ ਜਾਰੀ ਕੀਤਾ ਗਿਆ। ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਜਾਣ ਦੀ ਸਲਾਹ ਦਿੱਤੀ ਹੈ। ਕਰੀਬ 50 ਫਾਇਰ ਫਾਈਟਰਾਂ ਨੂੰ ਹਵਾਈ ਸਹਾਇਤਾ ਦੇ ਨਾਲ ਬੁਲਾਇਆ ਗਿਆ ਹੈ। ਮੈਲਬਰਨ 'ਚ ਬੁਸ਼ਫਾਇਰ ਘਰਾਂ ਦੇ ਨੇੜੇ ਪਹੁੰਚੀ, ਲੋਕਾਂ ਲਈ ਚੇਤਾਵਨੀ ਕੀਤੀ ਗਈ ਹੈ ਜਾਰੀ। ਆਸਟ੍ਰੇਲੀਆ ਵਿਖੇ ਮੈਲਬਰਨ 'ਚ ਬੁਸ਼ਫਾਇਰ ਦੀ ਐਮਰਜੈਂਸੀ ਸਥਿਤੀ ਧੂਏ ਦੇ ਗੁਬਾਰ ਵਿੱਚ ਵਾਧਾ ਕਰ ਰਹੀ ਹੈ, ਜਿਸ ਨਾਲ ਸ਼ਹਿਰੀ ਵਾਸੀਆਂ ਦਾ ਦਮ ਘੁੱਟ ਰਿਹਾ ਹੈ। ਸਥਾਨਕ ਲੋਕਾਂ ਨੂੰ ਅੰਦਰ ਰਹਿਣ ਅਤੇ ਖਿੜਕੀਆਂ ਬੰਦ ਰੱਖਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਅੱਗ ਦੀਆਂ ਲਪਟਾਂ ਸ਼ਹਿਰ ਦੇ ਦੱਖਣ ਪੱਛਮ ਵਿੱਚ ਅਲਟੋਨਾ ਵਿੱਚ ਘਰਾਂ ਦੇ ਨੇੜੇ ਪਹੁੰਚ ਗਈਆਂ ਨੇ। ਪਰਨੇਲ ਸਟ੍ਰੀਟ ਨੇੜੇ ਸਵੈਂਪਲੈਂਡ ਦੇ ਮੈਦਾਨ ਵਿੱਚ ਅੱਗ ਕਾਬੂ ਤੋਂ ਬਾਹਰ ਹੈ। ਧੂੰਆਂ ਰੇਲ ਲਾਈਨਾਂ ਵੱਲ ਨੂੰ ਵੱਧ ਰਿਹਾ ਹੈ, ਜਿਸ ਕਾਰਨ ਬੱਸਾਂ ਸੇਵਾਵਾਂ ਨਿਭਾ ਰਹੀਆਂ ਨੇ। ਇਹ ਅੱਗ ਸ਼ਾਮ ਵੇਲੇ ਲੱਗੀ ਜਦੋਂ ਹੈਲੀਕਾਪਟਰ ਪਾਣੀ ਛੱਡ ਰਹੇ ਸਨ। ਈਸਟਰ ਐਤਵਾਰ ਨੂੰ ਸ਼ਹਿਰ ਧੂਏ ਨਾਲ ਟਕਿਆ ਹੋਇਆ ਸੀ। ਕੁਝ ਥਾਵਾਂ ਤੇ ਹਵਾ ਦੀ ਗੁਣਵੱਤਾ ਨੂੰ ਮਾੜੀ ਸ਼੍ਰੇਣੀਬੱਧ ਕੀਤਾ ਗਿਆ ਹੈ। ਪਰਥ ਵਿੱਚ ਘਰਾਂ ਨੂੰ ਖਤਰਾ ਪੈਦਾ ਕਰਨ ਵਾਲੀ ਅੱਗ ਨੂੰ ਘਟਾ ਦਿੱਤਾ ਗਿਆ ਹੈ। ਸ਼ਹਿਰ ਦੇ ਦੱਖਣ ਪੱਛਮ ਵਿੱਚ ਓਕਫੋਰਡ ਦੇ ਕੁਝ ਹਿੱਸਿਆਂ ਲਈ ਐਤਵਾਰ ਨੂੰ ਇੱਕ ਵਾਚ ਅਤੇ ਐਕਟ ਅਲਰਟ ਜਾਰੀ ਕੀਤਾ ਗਿਆ। ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਜਾਣ ਦੀ ਸਲਾਹ ਦਿੱਤੀ ਹੈ। ਕਰੀਬ 50 ਫਾਇਰ ਫਾਈਟਰਾਂ ਨੂੰ ਹਵਾਈ ਸਹਾਇਤਾ ਦੇ ਨਾਲ ਬੁਲਾਇਆ ਗਿਆ ਹੈ। ਮੈਲਬਰਨ 'ਚ ਬੁਸ਼ਫਾਇਰ ਘਰਾਂ ਦੇ ਨੇੜੇ ਪਹੁੰਚੀ, ਲੋਕਾਂ ਲਈ ਚੇਤਾਵਨੀ ਕੀਤੀ ਗਈ ਹੈ ਜਾਰੀ। ਆਸਟ੍ਰੇਲੀਆ ਵਿਖੇ ਮੈਲਬਰਨ 'ਚ ਬੁਸ਼ਫਾਇਰ ਦੀ ਐਮਰਜੈਂਸੀ ਸਥਿਤੀ ਧੂਏ ਦੇ ਗੁਬਾਰ ਵਿੱਚ ਵਾਧਾ ਕਰ ਰਹੀ ਹੈ, ਜਿਸ ਨਾਲ ਸ਼ਹਿਰੀ ਵਾਸੀਆਂ ਦਾ ਦਮ ਘੁੱਟ ਰਿਹਾ ਹੈ। ਸਥਾਨਕ ਲੋਕਾਂ ਨੂੰ ਅੰਦਰ ਰਹਿਣ ਅਤੇ ਖਿੜਕੀਆਂ ਬੰਦ ਰੱਖਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ। ਅੱਗ ਦੀਆਂ ਲਪਟਾਂ ਸ਼ਹਿਰ ਦੇ ਦੱਖਣ ਪੱਛਮ ਵਿੱਚ ਅਲਟੋਨਾ ਵਿੱਚ ਘਰਾਂ ਦੇ ਨੇੜੇ ਪਹੁੰਚ ਗਈਆਂ ਨੇ। ਪਰਨੇਲ ਸਟ੍ਰੀਟ ਨੇੜੇ ਸਵੈਂਪਲੈਂਡ ਦੇ ਮੈਦਾਨ ਵਿੱਚ ਅੱਗ ਕਾਬੂ ਤੋਂ ਬਾਹਰ ਹੈ। ਧੂੰਆਂ ਰੇਲ ਲਾਈਨਾਂ ਵੱਲ ਨੂੰ ਵੱਧ ਰਿਹਾ ਹੈ, ਜਿਸ ਕਾਰਨ ਬੱਸਾਂ ਸੇਵਾਵਾਂ ਨਿਭਾ ਰਹੀਆਂ ਨੇ। ਇਹ ਅੱਗ ਸ਼ਾਮ ਵੇਲੇ ਲੱਗੀ ਜਦੋਂ ਹੈਲੀਕਾਪਟਰ ਪਾਣੀ ਛੱਡ ਰਹੇ ਸਨ। ਈਸਟਰ ਐਤਵਾਰ ਨੂੰ ਸ਼ਹਿਰ ਧੂਏ ਨਾਲ ਟਕਿਆ ਹੋਇਆ ਸੀ। ਕੁਝ ਥਾਵਾਂ ਤੇ ਹਵਾ ਦੀ ਗੁਣਵੱਤਾ ਨੂੰ ਮਾੜੀ ਸ਼੍ਰੇਣੀਬੱਧ ਕੀਤਾ ਗਿਆ ਹੈ। ਪਰਥ ਵਿੱਚ ਘਰਾਂ ਨੂੰ ਖਤਰਾ ਪੈਦਾ ਕਰਨ ਵਾਲੀ ਅੱਗ ਨੂੰ ਘਟਾ ਦਿੱਤਾ ਗਿਆ ਹੈ। ਸ਼ਹਿਰ ਦੇ ਦੱਖਣ ਪੱਛਮ ਵਿੱਚ ਓਕਫੋਰਡ ਦੇ ਕੁਝ ਹਿੱਸਿਆਂ ਲਈ ਐਤਵਾਰ ਨੂੰ ਇੱਕ ਵਾਚ ਅਤੇ ਐਕਟ ਅਲਰਟ ਜਾਰੀ ਕੀਤਾ ਗਿਆ। ਫਾਇਰ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਨੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਜਾਣ ਦੀ ਸਲਾਹ ਦਿੱਤੀ ਹੈ। ਕਰੀਬ 50 ਫਾਇਰ ਫਾਈਟਰਾਂ ਨੂੰ ਹਵਾਈ ਸਹਾਇਤਾ ਦੇ ਨਾਲ ਬੁਲਾਇਆ ਗਿਆ ਹੈ।